ਅਮਿਸ਼ਾ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਹਾਂ ਨਵਜੀਤ ਦੇਸ਼ ਦੁਨੀਆਂ ਦੀਆਂ ਖਬਰਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਪਰ ਸਾਬ ਦੇਸ਼ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਬੜੀਆਂ ਖਬਰਾਂ ਆ ਰਹੀਆਂ ਨੇ ਮੈਂ ਕੋਰੋਨਾ ਵਾਇਰਸ ਤੋਂ ਸ਼ੁਰੂਆਤ ਕਰਨੀ ਚਾਹੁੰਦਾ ਹੈ ਦਿੱਲੀ ਵਿੱਚ ਆਕਸੀਜਨ ਦੀ ਕਮੀ ਹੈ ਅਦਾਲਤਾਂ ਸੱਤ ਹੋ ਗਈਆਂ ਉਹ ਕਹਿੰਦੀਆਂ ਅਸੀਂ ਹੋਰ ਬੰਦੇ ਮਰਦੇ ਨਹੀਂ ਦੇਖ ਸਕਦੇ ਆਕਸੀਜਨ ਦਾ ਜਲਦੀ ਤੋਂ ਜਲਦੀ ਪ੍ਰਬ ਨਵਜੀਤਾ ਜੀ ਡਿਸਕਸ਼ਨ ਰਹਿਣ ਦੇ ਮਨ ਖਰਾਬ ਹੈ ਗੱਲਾਂ ਕਰਾਂਗਾ ਸਾਡੀ ਬਦਕਿਸਮਤੀ ਹੈ ਅਸੀਂ ਉਸ ਦੇਸ਼ ਵਿੱਚ ਰਹਿੰਦੇ ਆ ਜਿੱਥੇ ਦੇਸ਼ ਦੀ ਸਭ ਤੋਂ ਵੱਡੀ ਸਰਕਾਰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦੇ ਜੱਜਾਂ ਦੀਆਂ ਅੱਖਾਂ ਚੱਖਾਂ ਪਾ ਕੇ ਝੂਠ ਬੋਲਦੇ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਆਖਿਆ ਦਿੱਲੀ ਨੂੰ 700 ਮੀਟਰਕਟਨ ਗੈਸ ਚਾਹੀਦੀ ਹੈ ਆਕਸੀਜਨ ਹਾਈ ਕੋਰਟ ਨੇ ਪੁੱਛਿਆ ਕੱਲ ਕਿਉਂ ਨਹੀਂ ਦਿੱਤੀ ਭਾਰਤ ਦੀ ਸਰਕਾਰ ਦਾ ਵਕੀਲ ਕਹਿੰਦਾ ਨਹੀਂ ਹੈਗੀ ਹਾਈ ਕੋਰਟ ਨੇ ਕਿਹਾ ਸੁਪਰੀਮ ਕੋਰਟ ਦਾ ਹੁਕਮ ਹੈ ਭਾਰਤ ਦੀ ਸਰਕਾਰ ਦਾ ਵਕੀਲ ਝੂਠ ਬੋਲਦਾ ਕਹਿੰਦਾ ਸੁਪਰੀਮ ਕੋਰਟ ਦਾ ਹੁਕਮ ਨਹੀਂ ਅੱਜ ਸੁਪਰੀਮ ਕੋਰਟ ਵਿੱਚ ਗਿਆ ਤੇ ਸੁਪਰੀਮ ਕੋਰਟ ਦੇ ਜੱਜਾਂ ਨੇ ਪੁੱਛਿਆ ਤੁਸੀਂ ਉੱਥੇ ਇਹ ਕਿਦਾਂ ਕਹਤਾ ਸਾਡਾ ਹੁਕਮ ਨਹੀਂ ਅਸੀਂ ਆਦੇਸ਼ ਦਿੱਤਾ ਤੁਸੀਂ ਹਾਈ ਕੋਰਟ ਜਾ ਕੇ ਕਿਵੇਂ ਕਹਤਾ ਸਾਡਾ ਹੁਕਮ ਨਹੀਂ ਅਸੀਂ ਕਿਹਾ ਨਹੀਂ ਦੇਸ਼ ਦੀ ਸਰਕਾਰ ਜਿਹਦੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਸਾਹਮਣੇ ਜਾ ਕੇ ਵੀ ਝੂਠ ਬੋਲਦੀ ਹੈ ਕਿ ਅਸੀਂ ਰਾਜਨੀਤੀ ਦੀਆਂ ਗੱਲਾਂ ਕਰੀਏ ਕਿ ਅਸੀਂ ਇਹ ਗੱਲਾਂ ਕਰੀਏ ਕਿ ਮਮਤਾ ਬੈਂਰਜੀ ਤੀਸਰੀ ਵਾਰ ਹੀ ਮੁੱਖ ਮੰਤਰੀ ਬਣ ਗਈ ਹੈ ਉਹਨੇ ਆਖਿਆ ਸੀ ਖੇਲਾ ਹੋਵੇ ਤੇ ਕੇਂਦਰ ਚ ਰਾਜ ਕਰਦਿਆਂ ਨੇ ਆਖਿਆ ਸੀ ਖੇਲਾ ਹੀ ਕਰਦੀ ਪਈ ਐ ਇਸ ਵਾਰੀ ਵੇਖ ਲਾਂਗੇ ਉਹ ਜਿੱਤ ਗਈ ਐ ਤੇ ਜਿੱਤਣ ਤੋਂ ਬਾਅਦ ਵੀ ਖੇਲਾ ਹੋਵੇ ਚੱਲਦਾ ਅੱਜ ਉਹਨੇ ਸੋਚ ਚੁੱਕੀ ਸੋਚ ਚੁੱਕਣ ਤੋਂ ਬਾਅਦ ਪੱਤਰਕਾਰਾਂ ਨੇ ਪੁੱਛਿਆ ਕੀ ਕਰੋਗੇ ਕਹਿੰਦੀ ਪਹਿਲੀ ਗੱਲ ਮੈਂ ਪਛੀ ਵੀ ਵਿਗਾਲਦੇ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਦਾ ਯਤਨ ਕਰਾਂਗੇ ਤੇ ਦੂਜੀ ਇਹ ਕਿ ਇਸ ਵੇਲੇ ਇੱਥੇ ਬੜੀ ਹਿੰਸਾ ਫੈਲ ਰਹੀ ਐ ਮੇਰੇ ਰਾਜ ਵਿੱਚ ਗੜਬੜ ਐ ਮੈਨੂੰ ਸੁਧਾਰਨ ਦਾ ਯਤਨ ਕਰਾਂਗੇ। ਉਹਦੇ ਬਾਅਦ ਗਵਰਨਰ ਬੋਲਿਆ। ਉਹਨੇ ਕਰੋਨਾ ਵਾਇਰਸ ਬਾਰੇ ਇੱਕ ਲਫ਼ਜ਼ ਤੱਕ ਨਹੀਂ ਆਖਿਆ। ਜਿਹਦੇ ਨਾਲ 2 ਲੱਖ ਤੋਂ ਵੱਧ ਲੋਕ ਮਰ ਗਏ ਸਵਾ 2 ਲੱਖ ਦੇ ਲਾਗੇ ਪਹੁੰਚ ਚੱਲੇ ਆ। ਉਹਦੀ ਕੋਈ ਗੱਲ ਨਹੀਂ ਕੀਤੀ ਸਿਰਫ ਇਹ ਆਖਿਆ। ਪੱਛਮੀ ਬਗਾਲ ਚ ਹਿੰਸਾ ਬੜੀ ਹੋ ਰਹੀ ਹੈ ਗੜਬੜ ਹੋ ਰਹੀ ਇਹਨੂੰ ਸੰਭਾਲੋ। ਜਦ ਕਿ ਮੁੱਖ ਮੰਤਰੀ ਦੋਵੇਂ ਕਹਿ ਚੁੱਕੀ ਸੀ। ਫਿਰ ਮੁੱਖ ਮੰਤਰੀ ਨੇ ਖੜੇ ਪੈਰ ਭਾਜੀ ਮੋੜ ਦਿੱਤੀ। ਕਿ ਪਿਛਲੇ ਤਿੰਨ ਮਹੀਨਿਆਂ ਚ ਗੜਬੜ ਹੋਈ ਆ ਹਿੰਸਾ ਫੈਲੀ ਆ ਉਦੋਂ ਰਾਜ ਮੇਰਾ ਨਹੀਂ ਸੀ ਤੁਹਾਡੇ ਚੋਣ ਕਮਿਸ਼ਨ ਦਾ ਸੀ ਇਹ ਬੰਗਾਲ ਦਾ ਖੇਲਾ ਹੋਵੇ ਬੰਗਾਲ ਦਾ ਖੇਲਾ ਸਾਰੇ ਦੇਸ਼ ਦੇ ਵਿੱਚ ਜਿਹੜਾ ਖੇਲਾ ਹੋਵੇ ਜਾਰੀ ਉਹਦਾ ਕੀ ਕਰੀਏ ਦਿੱਲੀ ਦੇ ਲੋਕ ਪੁੱਛਦੇ ਆ ਆਕਸੀਜਨ ਕਿਉਂ ਨਹੀਂ ਮਿਲਦੀ ਇਹ ਇਕੱਲੇ ਦਿੱਲੀ ਦੇ ਲੋਕ ਨੇ ਜੀ ਸਾਰੇ ਭਾਰਤ ਵਿੱਚ ਤਮਾਸ਼ਾ ਬਣਿਆ ਪਿਆ ਇੱਥੇ ਲੋਕਾਂ ਨੂੰ ਕੁਛ ਨਹੀਂ ਮਿਲ ਰਿਆ ਵੈਕਸੀਨ ਆਖ ਦਿੱਤਾ ਕੇਂਦਰ ਸਰਕਾਰ ਨੇ ਕਿ ਸਾਰੇ ਸੂਬੇ 1 ਮਈ ਤੋਂ ਲੈਣੀ ਸ਼ੁਰੂ ਕਰਨ 1800 ਸਾਲ ਤੋਂ ਵੱਧ ਵੜਾ ਨੂੰ ਪਰ ਸੂਬਿਆਂ ਕੋਲ ਵੈਕਸੀਨ ਹੈ ਨਹੀਂ ਪੰਜਾਬ ਦੀ ਸਰਕਾਰ ਤਾਂ ਕੇਂਦਰ ਦੀ ਵਿਰੋਧੀ ਹੋਵੇਗੀ ਜੀ ਉੱਤਰ ਪ੍ਰਦੇਸ਼ ਦਾ ਯੋਗੀ ਦਿੱਤਿਆ ਨਾਲ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖਾਸ ਹੁਲ ਖਾਸ ਹੈ ਉਹਨੇ ਆਖਿਆ ਵੈਕਸੀਨ ਹੈ ਨਹੀਂ 75 ਜ਼ਿਲ੍ਹਿਆਂ ਚੋਂ ਅਸੀਂ ਦਸਾਂ ਦੇ ਵਿੱਚ ਵੀ ਸ਼ੁਰੂ ਨਹੀਂ ਕਰ ਸਕਦੇ ਪਹਿਲਾਂ ਉੱਥੇ ਤਾਂ ਸਪਲਾਈ ਕਰ ਲੋ ਮੈਂ 3 ਸਾਲ ਪਹਿਲਾਂ ਇਹ ਰਿਪੋਰਟ ਦੇਖੀ ਸੀ ਕਿ ਉਧਰੋਂ ਗੇਮਜ਼ ਆ ਗਈਆਂ ਨੇ ਤੇ ਏਸ਼ੀਅਨ ਗੇਮਜ਼ ਤੇ ਵਰਲਡ 올림픽 ਦੇ ਤਿਆਰੀ ਵਾਸਤੇ ਝਾਰਖੰਡ ਦੇ ਬੱਚੇ ਬੱਚਿਆਂ ਨੂੰ ਸਵੀਮਿੰਗ ਦੀ ਤੈਰਾਕੀ ਦੀ ਤਿਆਰੀ ਕਰਾਈ ਜਾ ਰਹੀ ਹੈ ਬਗੈਰ ਪਾਣੀ ਤੋਂ ਦਰਿਆ ਤੇ ਮੁੱਦੇ ਲੰਮੇ ਪਾ ਕੇ ਦੇ ਆਖਿਆ ਬਾਹਾਂ ਨਾਲ ਤਰਨ ਦੀ ਪ੍ਰੈਕਟਿਸ ਕਰੋ ਬਗੈਰ ਪਾਣੀ ਤੋਂ ਐਸ ਵਾਰੀ ਬਗੈਰ ਪਾਣੀ ਤੋਂ ਤਰਨ ਵਾਂਗ ਬਿਨਾ ਵੈਕਸਿਨ ਤੋਂ ਆਖਿਆ ਸਾਰੇ ਲੋਕ ਜਿਹੜੇ ਇਹਨਾਂ ਨੂੰ ਵੈਕਸਿਨਾਂ ਲਾ ਦੇਓ ਕਿੱਥੋਂ ਲਾ ਦੇਓ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੁਨੀਆ ਦਿਸਦੀ ਨਹੀਂ ਆਪਣੇ ਦੇਸ਼ ਦੇ ਲੋਕ ਦਿਸਦੇ ਨਹੀਂ ਐਸ ਵੇਲੇ ਦੇਸ਼ ਮਰਦਾ ਪਿਆ ਲੋਕ ਮਰਦੇ ਪਏ ਨੇ ਉਹਨਾਂ ਨੂੰ ਦਿੱਲੀ ਦੇ ਵਿੱਚ ਵਿਸਟਾ ਇੱਕ ਨਵਾਂ ਜਿਹੜਾ ਹੈਗਾ ਨਗਰ ਬਸਾਉਣ ਦਾ ਚਾਹ ਚੜਿਆ ਪਹਿਲਾਂ ਡੋਨਲਡ ਟਰੰਪ ਦੀ ਵੇਖੋ ਵੇਖੀ ਉਹਦੇ ਵਰਗਾ ਇੱਕ ਜਹਾਜ਼ ਲੈ ਲਿਆ ਜਿਸ ਦਿਨ ਦਾ ਜਹਾਜ਼ ਲੈ ਲਿਆ ਪ੍ਰਧਾਨ ਮੰਤਰੀ ਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ ਪਏ ਉਧਰਲੇ ਪਾਸੇ ਧਿਆਨ ਹੈ ਹੁਣ ਖਰਚੇ ਦੀ ਲੋੜ ਹੈ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਲੋੜ ਹੈ ਇਹਨਾਂ ਨੂੰ ਦਿੱਲੀ ਵਿੱਚ ਸਰਕਾਰ ਦੇ ਮਹਿਲ ਉਸਾਰਨ ਦੀ ਚਿੰਤਾ ਪਹਿਲਾਂ ਪਾਰਲੀਮੈਂਟ ਭਵਨ ਇੰਨੇ ਸਾਲਾਂ ਤੋਂ ਚੱਲਦਾ ਆ ਜਿਹੜੇ ਹੁਣ ਤੱਕ ਇੱਥੇ ਬੈਠਦੇ ਹੋ ਬੇਵਕੂਫ ਨਹੀਂ ਸਨ ਹੁਣ ਖੜੇ ਪੈਰ ਆਖਿਆ ਸੀ ਉਹ ਵੀ ਬਣਾਉਣਾ ਬਣਾ ਲਓ ਬਣਾ ਲੋ। ਤਲੇ ਹਾਲਤ ਵੇਖੀ ਐ ਕੀ ਐ? ਇਹ ਤੁਹਾਡੇ ਰਾਜ ਦੀ ਹਾਲਤ ਐ। ਮੱਧ ਪ੍ਰਦੇਸ਼ ਦੇ ਵਿੱਚ 600 ਬਿਸਤਰਿਆਂ ਦਾ ਹਸਪਤਾਲ ਬਣਾਇਆ ਮੱਧ ਪ੍ਰਦੇਸ਼ ਦੀ ਸਰਕਾਰ ਨੇ। ਉਦਘਾਟਨ ਕਰਨ ਵਾਸਤੇ ਬਿਹਾਰ ਤੋਂ ਸੁਸ਼ਾਸਨ ਬਾਬੂ ਮੁੱਖ ਮੰਤਰੀ ਨतीश ਕੁਮਾਰ ਨੂੰ ਸੱਦਿਆ। ਪਰसों ਹਨੇਰੀ ਆਈ, ਉੱਥੇ ਬੱਤੀ ਬੰਦ ਹੋ ਗਈ। 10 ਘੰਟੇ ਬਿਜਲੀ ਨਹੀਂ ਆਈ। ਮਰੀਜ਼ਾਂ ਨੂੰ ਜਨਰੇਟਰਾਂ ਨਾਲ ਕੰਮ ਚਲਾਇਆ ਉਹਨਾਂ ਨੇ ਜਿਉਂਦੇ ਰੱਖਿਆ ਉਹਦੇ ਨਾਲ 60 ਬੈੱਡ ਦਾ ਇੱਕ ਹੋਰ ਬਲਾਕ ਬਣਾਇਆ ਗਿਆ ਉਹਦਾ ਕਿਉਂਕਿ ਉਦਘਾਟਨ ਨਹੀਂ ਹੋਇਆ ਉਹ ਤੇ ਮਰੀਜ਼ ਕੋਈ ਨਹੀਂ ਦਾਖਲ ਕਰ ਸਕਦੇ ਇੱਕ ਵਕੀਲ ਬਿਮਾਰ ਹੋ ਗਿਆ ਜਵਾਨ ਮੁੰਡਾ ਜੇ 40 ਸਾਲ ਦਾ ਜੀ ਵੱਡੇ ਭਰਾ ਨੇ ਮੋਟਰਸਾਈਕਲ ਚਲਾਇਆ ਮਾਂ ਪਿੱਛੇ ਬੈਠੀ ਵਿਚਾਲੀ ਉਹਨੂੰ ਫੜ ਕੇ ਰਤਲਾਮ ਸ਼ਹਿਰ ਦੇ ਇਕੱਲੇ-ਕੱਲੇ ਹਸਪਤਾਲ ਚ ਘੁੰਮੇ ਕਿਸੇ ਹਸਪਤਾਲ ਨੇ ਉਹਨੂੰ ਦਾਖਲ ਨਹੀਂ ਕੀਤਾ 600 ਬਿਸਤਰਿਆਂ ਵਾਲੇ ਹਸਪਤਾਲ ਚਲੇ ਗਏ ਜਿੱਥੇ 60 ਬਿਸਤਰਿਆਂ ਦਾ ਨਵਾਂ ਬਲਾਕ ਬਣਿਆ ਪਿਆ ਉੱਥੋਂ ਤੱਕ ਜਾਂਦਿਆਂ ਜਾਂਦਿਆਂ ਵੱਡੇ ਭਰਾ ਨੇ ਬ੍ਰੇਕ ਲਾਈ ਮਾਂ ਪਿੱਛੋਂ ਵਿਚਾਰੇ ਬੈਠੇ ਬਿਮਾਰ ਪੁੱਤ ਵਕੀਲ ਨੂੰ 40 ਸਾਲਾਂ ਦੇ ਨੂੰ ਸੰਭਾਲਣ ਲੱਗੀ ਜੀ ਪੁੱਤ ਪਾਸੇ ਨੂੰ ਢਲਕ ਗਿਆ ਬਾਅਦ ਚ ਵੇਖਿਆ ਤਾਂ লাশ ਬਣ ਚੁੱਕਾ ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਇਸੇ ਤਰ੍ਹਾਂ ਦਾ ਹੋਰ ਕੇਸ ਹੈ ਪਤਾ ਨਹੀਂ ਕਿੰਨੇ ਹਸਪਤਾਲਾਂ ਚ ਲੈ ਕੇ ਗਏ ਸਾਰਿਆਂ ਨੇ ਨਾ ਕਰਤੀ ਪਿੰਡ ਵਿੱਚ ਲੈ ਆਂਦਾ ਪਿੰਡ ਦੇ ਲੋਕਾਂ ਨੇ ਆਖਿਆ ਕਰੋਨਾ ਦਾ ਬੜਾ ਸੀਰੀਅਸ ਮਰੀਜ਼ ਆ ਸੀ ਪਿੰਡ ਚ ਨਹੀਂ ਵੜਨ ਦੇਣਾ ਉਹ ਦੂਰ ਉਜਾੜ ਦੇ ਵਿੱਚ ਪਿਆ ਉੱਥੇ ਚੀਕਾਂ ਮਾਰਦਾ ਪਾਣੀ ਦੀ ਘੁੱਟ ਪਿਆ ਦਿਓ ਜਵਾਂਤੀ ਕਹਿੰਦੀ ਮੈਂ ਪਿਓ ਨੂੰ ਪਾਣੀ ਦੀ ਘੁੱਟ ਦੇ ਦਿਆਂ ਮਾਂ ਕਹਿੰਦੀ ਤੈਨੂੰ ਵੀ ਕਰੋਨਾ ਹੋ ਜਾ ਉਹ ਚੀਕਾਂ ਮਾਰਦੀ ਅਖੀਰ ਆਖ ਕੇ ਜਦੋਂ ਪਾਣੀ ਦੀ ਘੁੱਟ ਲੈ ਕੇ ਪਿਓ ਕੋਲ ਗਈ ਜਾਣ ਤੋਂ ਪਹਿਲਾਂ ਪਿਓ ਮਰ ਗਿਆ ਉਹ ਕੋ ਧੀ ਕੀ ਸੋਚਦੀ ਹੋਵੇਗੀ ਮੈਂ ਅੱਜ ਵੇਖ ਕੇ ਹੈਰਾਨ ਰਹਿ ਗਿਆ ਮਧ ਪ੍ਰਦੇਸ਼ ਦੀ ਇੱਕ ਪਿੰਡ ਵਿੱਚ ਇੱਕ ਝੋਲਾਸ਼ਾਪ ਡਾਕਟਰ ਨੇ ਪਿੰਡ ਉਹ ਰਾਜਸਥਾਨ ਦੀ ਹੱਦ ਤੇ ਸੰਗਤਰੇ ਦੇ ਬਾਗਾਂ ਦੇ ਵਿੱਚ ਮਰੀਜ਼ ਕਰੋਨਾ ਦੇ ਮਰੀਜ਼ ਜਿਨ੍ਹਾਂ ਨੂੰ ਹਸਪਤਾਲਾਂ ਦਾਖਲ ਨਹੀਂ ਕੀਤਾ ਰੁੱਖਾਂ ਥੱਲੇ ਪਾਏ ਨੇ ਉਹਨਾਂ ਨੂੰ ਲਾਉਣ ਵਾਸਤੇ ਗਲੂਕੋਜ਼ ਦੀਆਂ ਬੋਤਲਾਂ ਰੁੱਖਾਂ ਦੀਆਂ ਟਾਹਣੀਆਂ ਨਾਲ ਲਟਕਾਈਆਂ ਪਈਆਂ ਨੇ ਲਾਈਨ ਲੱਗੀ ਪਈ ਹੈ ਮਰੀਜ਼ਾਂ ਦੀ ਰਾਜ ਉੱਥੇ ਸ਼ਿਵਰਾਜ चौहान ਦਾ ਜਿਹੜਾ ਦੂਸਰੀ ਪਾਰਟੀ ਦਿੱਤੀ 35 ਬੰਦੇ ਤੋੜ ਕੇ ਕਰੋਨਾ ਵਾਇਰਸ ਦੇ ਦਿਨਾਂ ਵਿੱਚ ਅੱਧੀ ਰਾਤ ਨੂੰ ਲੋਕਾਂ ਦੇ ਸੁੱਤਿਆਂ ਤੋਂ ਸੌਂ ਚੁੱਕ ਕੇ ਫਿਰ ਮੁੱਖ ਮੰਤਰੀ ਬਣ ਸਕਦਾ ਹੂੰ ਰਾਜ ਕਰ ਲੋ ਤੁਸੀਂ ਰਾਜ ਕਰੋ ਪਰ ਥੱਲੇ ਹਾਲਤ ਵੇਖੀ ਹੈ ਲੋਕ ਖਿਜ-ਖਿਜ ਕੇ ਡਾਕਟਰਾਂ ਦੇ ਗੱਲ ਪੈਂਦੇ ਨੇ ਮੈਂ ਡਾਕਟਰਾਂ ਨਾਲ ਗੱਲਾਂ ਕੀਤੀਆਂ ਮੈਨੂੰ ਅੰਮ੍ਰਿਤਸਰ ਦੇ ਇੱਕ ਬੜੇ ਕਾਮਯਾਬ ਡਾਕਟਰ ਨੇ ਬੜੇ ਮਿੱਠ ਬੋਲੜੇ ਡਾਕਟਰ ਨੇ ਦੱਸਿਆ ਸਾਨੂੰ ਵੇਖੋ ਉਹ ਕਹਿੰਦਾ ਮੈਂ 24 ਚ 19 ਘੰਟੇ ਡਿਊਟੀ ਕਰਦਾ 1 ਘੰਟਾ ਨੌਣ ਤੁਣ ਤੇ ਲੱਗਦਾ ਤੇ ਫਿਰ ਮੈਂ ਜਾ ਕੇ ਸੌਂ ਜਾਂਦਾ ਸਿਰਫ 4 ਘੰਟੇ ਸੌਣਾ ਹਸਪਤਾਲ ਚ ਬੈੱਡ ਕੋਈ ਨਹੀਂ ਹਸਪਤਾਲ ਚ ਆਕਸੀਜਨ ਕੋਈ ਨਹੀਂ ਵੈਂਟੀਲੇਟਰ ਖਾਲੀ ਕੋਈ ਨਹੀਂ ਰਹਿ ਗਿਆ ਕੁਝ ਨਹੀਂ ਰਹਿ ਗਿਆ ਲੋਕ ਕਹਿੰਦੇ ਆ ਮਰੀਜ਼ ਲੈ ਆਂ ਜੀ ਇਹਨੂੰ ਦਾਖਲ ਕਰੋ ਅਸੀਂ ਕਿੰਨੇ ਨਾ ਬੈੱਡ ਖਾਲੀ ਨਾ ਕਮਰਾ ਖਾਲੀ ਨਾ ਆਕਸੀਜਨ ਨਾ ਵੈਂਟੀਲੇਟਰ ਦੱਸੋ ਤਾਂ ਸਹੀ ਅਸੀਂ ਕਿੱਥੇ ਦਾਖਲ ਕਰ ਲਈਏ ਉਹ ਕਹਿੰਦੇ ਜੀ ਆ ਫੁੱਟਪਾਥ ਤੇ ਚਾਦਰ ਵਿਛਾ ਕੇ ਪਾਤਾ ਇੱਥੇ ਹੀ ਬੋਤਲ ਲਾ ਦਿਓ ਅਸੀਂ ਕਿੰਨੇ ਬੋਤਲ ਵੀ ਲਾ ਦਿਆਂਗੇ ਪਰ ਬੋਤਲ ਹੋਵੇਗੀ ਤਾਂ ਲਾ ਦਿਆਂਗੇ ਇਹਨੂੰ ਵੈਂਟੀਲੇਟਰ ਲਾਉਣਾ ਪੈਣਾ ਸਾਡੇ ਕੋਲ ਹੈ ਨਹੀਂ ਨਹੀਂ ਹੈਗਾ ਕਿਤੇ ਨਹੀਂ ਹੈਗਾ ਲੋਕੇ ਡਾਕਟਰਾਂ ਨੂੰ ਗਾਲਾਂ ਕੱਢਦੇ ਆ ਜਿਹੜੇ ਡਾਕਟਰ ਨੇ 24 ਦੇ ਵਿੱਚੋਂ 10 ਘੰਟੇ ਕੰਮ ਕੀਤਾ ਹੋਵੇ ਉਹ ਵੀ ਬੰਦਾ ਉਹਦੇ ਮੋਢਿਆਂ ਤੇ ਸਿਰ ਹੈ ਉਹਨੂੰ ਕਦੇ ਕੋੜ ਵੀ ਚੜਦੀ ਗਾਲਾਂ ਸੁਣ ਕੇ ਫਿਰ ਉਹਦੇ ਅੰਦਰਲਾ ਡਾਕਟਰ ਕਹਿੰਦਾ ਤੂੰ ਕੰਮ ਕਰ ਤੈਨੂੰ ਕਰਨਾ ਪੈਣਾ ਮੈਨੂੰ ਯਾਦ ਹੈ ਕੁਝ ਸਾਲ ਪਹਿਲਾਂ ਇੰਗਲੈਂਡ ਦੇ ਮੈਂਚੈਸਟਰ ਦੇ ਵਿੱਚ ਇੱਕ ਕਾਨਸਰਟ ਚੱਲਦਾ ਪਿਆਸ ਗੀਤ ਸੰਗੀਤ ਪ੍ਰੋਗਰਾਮ ਵਿੱਚ ਕਿਸੇ ਨੇ ਗੋਲੀਆਂ ਚਲਾਤੀਆਂ ਕਈ ਦਰਜਣਾਂ ਲੋਕ ਮਰੇ ਗਏ ਜੀ ਤੇ ਬਹੁਤ ਸਾਰੇ ਜ਼ਖਮੀ ਹੋ ਗਏ ਜ਼ਖਮੀ ਹੋ ਜਾਂਦਾ ਹਸਪਤਾਲ ਚ ਇਲਾਜ ਚੱਲਦਾ ਪਿਆ ਸੀ ਇੱਕ ਡਾਕਟਰ ਲਗਾਤਾਰ 26 ਘੰਟੇ ਨਾ ਨਹਾਤਾ ਨਾ ਧੋਤਾ ਆਪਰੇਸ਼ਨ ਥੀਏਟਰ ਦੇ ਵਿੱਚ ਬਰੈਡ ਦੇ ਸਲਾਈਸ ਚਾਹ ਦੇ ਨਾਲ ਖਾ ਕੇ guzara ਕਰਦਾ ਰਿਹਾ ਜਦੋਂ 26 ਘੰਟਿਆਂ ਬਾਅਦ ਉਹਦੇ ਜੂਨੀਅਰਸ ਨੇ ਆਖਿਆ ਕਿ ਜਾ ਕੇ ਤੁਸੀਂ ਥੋੜੀ ਰੈਸਟ ਕਰ ਲਓ ਬਾਹਰ ਆਇਆ ਕਿਉਂਕਿ ਉਹ ਮੁਸਲਮਾਨ ਸੀ ਉਹਨੂੰ ਵੇਖ ਕੇ ਇੱਕ ਜਣੇ ਨੇ ਆਖਿਆ ਇਹੋ ਜਿਹੇ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਆ ਉਹ ਡਾਕਟਰ ਕਹਿੰਦਾ ਸੀ 26 ਘੰਟੇ ਬਿਨਾਂ ਸੁੱਤਿਆਂ ਬਿਨਾਂ ਕੁਝ ਖਾਦੇ ਪੀਤੇ ਕੰਮ ਕਰਨ ਨਾਲ ਮੈਨੂੰ ਕੋਈ ਪੀੜ ਨਹੀਂ ਸੀ ਹੋਈ ਐਸ ਇੱਕ ਗੱਲ ਨੇ ਮੈਨੂੰ ਬਹੁਤ ਪੀੜ ਦਿੱਤੀ ਆ ਜਦੋਂ ਲੋਕ ਇਸ ਤਰ੍ਹਾਂ ਡਾਕਟਰਾਂ ਨੂੰ ਗਾਲ੍ਹਾਂ ਕੱਢਦੇ ਨੇ ਜਿਹੜਾ ਡਾਕਟਰ 24 ਘੰਟਿਆਂ 'ਚ 18 ਘੰਟੇ ਕੰਮ ਕਰਦਾ ਹੁੰਦਾ ਉਹ ਲੋਕਾਂ ਤੋਂ ਗਾਲ੍ਹਾਂ ਲੈਂਦਾ ਔਰ ਸਾਹਮਣੇ ਖਲੋ ਕੇ ਕਹਿੰਦੇ ਨੇ ਇਹ ਪੈਸਿਆਂ ਖਾਤਰ ਕਰਦਾ ਪਿਆ ਕਰਦੀਆਂ ਹੁਣ ਗਿਆ ਮੈਨੇਜਮੈਂਟ ਆ ਕੁਝ ਥਾਮਾ ਤੇ ਕਰਦੀਆਂ ਹੁਣ ਔਰ ਵੀ ਸਾਰੀ ਉਹਨਾਂ ਨੂੰ ਵੀ ਸਾਰਿਆਂ ਨੂੰ ਨਹੀਂ ਕਹਿ ਸਕਦੇ ਜੀ ਉਹਨਾਂ ਨੂੰ ਲੋਕ ਗਾਲ੍ਹਾਂ ਕੱਢਦੇ ਨੇ ਡਾਕਟਰ ਕੀ ਕਰਨ ਹਾਲਤ ਕੀ ਹੈ ਅਸੀਂ ਇਕੱਲੇ ਪੱਤਰਕਾਰ ਨਹੀਂ ਅਸੀਂ ਸਮਾਜ ਦਾ ਅੰਗ ਵੀ ਹਾਂ ਅਸੀਂ ਲੋਕਾਂ ਦੇ ਖੁਸ਼ੀ ਗਮੀ ਚ ਵੀ ਸ਼ਾਮਲ ਹੁੰਨੇ ਮਰਨੇ ਪਰਨੇ ਤੇ ਵੀ ਜਾਣੇ ਹ ਜੀ ਦੁੱਖ ਦੇ ਮੌਕੇ ਲੋਕ ਅੱਧੀ ਰਾਤ ਸੁੱਤੇ ਨੂੰ ਉਠਾਉਂਦੇ ਆ ਕੱਲ ਸ਼ਾਮ 9:30 ਵਜੇ ਮੈਨੂੰ ਇਹ ਫੋਨ ਆਉਂਦਾ ਕਰ ਰਹੀ ਆ ਦੀ ਇੱਕ ਬੀਬੀ ਐ ਅੰਮ੍ਰਿਤਸਰ ਦੇ ਸਾਰੇ ਹਸਪਤਾਲਾਂ ਜੇ ਪੁੱਛ ਲਿਆ ਕਿਸੇ ਥਾਂ ਤੇ ਕੋਈ ਬੈੱਡ ਹੈ ਨਹੀਂ ਤੁਸੀਂ ਜਲੰਧਰ ਚ ਵੇਖੋਗੇ ਕਰੋਨਾ ਦਾ ਕੇਸ ਐ ਡਾਕਟਰ ਕਹਿੰਦੇ ਆ ਕਿ ਆਕਸੀਮੀਟਰ ਲਾ ਕੇ ਉਹਦਾ ਆਕਸੀਜਨ ਲੈਵਲ ਚੈੱਕ ਕਰਦੇ ਰਹੋ ਕਰਦੇ ਰਹੋ ਜੇ 90 ਤੋਂ ਥੱਲੇ ਆਵੇ ਤੇ ਚੱਕ ਕੇ ਹਸਪਤਲ ਲੈ ਆਓ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕੋਈ ਚੈੱਕ ਚੁੱਕ ਕੀਤਾ ਕਹਿੰਦੇ ਚੈੱਕ ਕੀਤਾ ਵੈਸੇ ਸਟੇਬਲ ਹੈ ਉਹਦਾ ਆਕਸੀਜਨ ਲੈਵਲ ਕਿੰਨਾ 90 ਤੋਂ 88 84 82 ਤੇ 80 ਨਹੀਂ ਆਇਆ 75 ਰਹਿ ਗਿਆ ਉਹ ਕਿਸੇ ਵਕਤ ਵੀ ਮਰ ਸਕਦੀ ਸੀ ਮੈਂ ਜਲੰਧਰ ਦੇ ਕਈ ਹਸਪਤਲਾਂ 'ਚ ਪੁੱਛਿਆ ਬੈਡ ਨਹੀਂ ਇੱਕ ਹਸਪਤਾਲ ਵਾਲਿਆਂ ਨੇ ਆਖਿਆ ਜੀ ਸਾਡੇ ਕੋਲ ਬਿਲਕੁਲ ਨਹੀਂ ਪਰ ਜੇ ਇਦਾਂ ਦੀ ਗੱਲ ਹੈ ਅਸੀਂ ਇੱਕ ਐਮਰਜੈਂਸੀ ਰੂਮ ਰੱਖਿਆ ਜਿਹੜਾ ਅਸੀਂ ਅੱਜ ਤੱਕ ਵਰਤਿਆ ਨਹੀਂ ਕਿਉਂਕਿ ਉਹ ਸਾਡੇ ਲਾਇਸੈਂਸ ਵਿੱਚ ਸ਼ਾਮਲ ਨਹੀਂ ਅਸੀਂ ਵਰਤਨ ਨੂੰ ਵਰਤ ਲੈਣੇ ਆ ਜੇ ਕੱਲ ਨੂੰ ਕੋਈ ਸਮੱਸਿਆ ਬਣ ਗਈ ਮੈਂ ਆਖਿਆ ਮੇਰੇ ਕੋਲੋਂ ਐਫੀਡੇਵਿਟ ਲੈ ਲਓ ਮੇਰੀ ਨਿੱਜੀ ਜ਼ਿੰਮੇਵਾਰੀ ਤੇ ਰਿਕੁਐਸਟ ਮੇਰੀ ਮੰਨ ਕੇ ਉਹਨੂੰ ਪਾ ਦਿਓ ਕਰੋਸ ਹਸਪਤਾਲ ਬਣਾ ਰਾਤ ਅਡਜਸਟ ਕੀਤਾ ਉਸ ਵਿਚਾਰੀ ਦੇ ਛੋਟੇ ਛੋਟੇ ਬੱਚੇ ਆ ਜਦੋਂ ਤੱਕ ਹਸਪਤਾਲ ਆਈ ਉਹਦਾ ਆਕਸੀਜਨ ਲੈਵਲ ਹੋਰ ਵੀ ਡਿੱਗ ਪਿਆ ਸੀ ਜਾਬਦਾਨੀ ਸੀ ਉਹ ਬੱਚੇ ਕੀ ਉਹਨਾਂ ਨੇ ਬਚਾ ਲਈ ਪਰ ਹੋਰ ਕਿੰਨੇ ਇਹੋ ਜਿਹੇ ਹਸਪਤਾਲ ਨੇ ਜਿਨ੍ਹਾਂ ਦੇ ਵਿੱਚ ਮਰੀਜ਼ ਜਾਂਦੇ ਆ ਮਰੀਜ਼ਾਂ ਦੇ ਕੋਲ ਕੱਖ ਨਹੀਂ ਉੱਥੇ ਪੱਲੇ ਪੈਂਦਾ ਸਾਰੇ ਹਸਪਤਾਲ ਭਰੇ ਪਏ ਨੇ ਬੈੱਡ ਭਰੇ ਪਏ ਨੇ ਵੈਂਟੀਲੇਟਰ ਮਿਲਦੇ ਨਹੀਂ ਭਾਰਤ ਵਿਸ਼ਵਗੁਰੂ ਬਣ ਚੱਲਿਆ ਵਿਸ਼ਵਗੁਰੂ ਬਣ ਜਾਓ ਆਸਾ ਰਾਮ ਵਰਗੇ ਗੁਰਮਾਨੂ ਲੈ ਕੇ ਵਿਸ਼ਵਗੁਰੂ ਬਣ ਜਾਓ ਸੱਚੇ ਸੌਦੇ ਬੜੇ ਰਾਮ ਰਹੀਮ ਨੂੰ ਲੈ ਕੇ ਵਿਸ਼ਵਗੁਰੂ ਬਣ ਜਾਓ ਜਿਹੜੇ ਜੇਲ੍ਹਾਂ ਵਿੱਚ ਤਾੜੇ ਹੋਏ ਉਹਨਾਂ ਨੂੰ ਲਿਆ ਕੇ ਜਲਸੇ ਕਰਾ ਲਓ ਤੁਸੀਂ ਵਿਸ਼ਵਗੁਰੂ ਬਣ ਜਾਓਗੇ ਜਦੋਂ ਤੁਹਾਨੂੰ ਅਕਤੂਬਰ ਨਵੰਬਰ ਦਸੰਬਰ ਵਿੱਚ ਦਿਸ ਪਿਆ ਸੀ ਕੈਸ ਵਲੇ ਹਾਲਾਤ ਅੱਗੇ ਨਾਲੋਂ ਥੋੜੇ ਜੇ ਸੁਧਰੇ ਆ ਤੁਸੀਂ ਢਿੱਲੇ ਹੋ ਕੇ ਬਹਿ ਗਏ ਸਾਰੀ ਦੁਨੀਆ ਕਹਿੰਦੀ ਸੀ ਅਗਲੀ ਵੇਵ ਆਉਣ ਵਾਲੀ ਹੈ ਤੁਸੀਂ ਚਿੰਤਾ ਨਹੀਂ ਕੀਤੀ ਦੁਨੀਆ ਨੇ ਕਿਹਾ ਹੁਣ ਇੱਕ ਇੰਡੀਅਨ ਮਿਊਟੈਂਟ ਪੈਦਾ ਹੋ ਗਿਆ ਤੁਸੀਂ ਚਿੰਤਾ ਨਹੀਂ ਕੀਤੀ ਕਿਉਂਕਿ ਤੁਹਾਡਾ ਧਿਆਨ ਇਹਦੀ ਚਿੰਤਾ ਨਾਲੋਂ ਵੱਧ ਪੱਛਮੀ ਬੰਗਾਲ ਦੇ ਉੱਤੇ ਕਬਜ਼ਾ ਕਰਨ ਵਾਲੇ ਪਾਸੇ ਸੀ ਜੀ ਇਹ ਤਾਂ ਭਲਾ ਕੇਂਦਰ ਸਰਕਾਰ ਵਾਲਾ ਸੀ ਰਾਜ ਸਰਕਾਰਾਂ ਕੀ ਕਰਦੀਆਂ ਸਨ ਨਾ ਕੇਂਦਰ ਸਰਕਾਰ ਵੱਲੋਂ ਲੋਕਾਂ ਦੀ ਚਿੰਤਾ ਕੀਤੀ ਨਾਰਾਜ ਸਰਕਾਰਾਂ ਨੇ ਕੀਤੀ ਸਾਰੇ ਪਾਸੇ ਹਾਲਾਤ ਕੀ ਬਣਦੇ ਗਏ ਲੋਕਾਂ ਨੂੰ ਇਹ ਦੱਸਿਆ ਜਾ ਰਿਹਾ ਥੱਲੇ ਅਨਪੜ੍ਹ ਧਾਰਮਿਕ ਪੁਰਸ਼ਾਂ ਵੱਲੋਂ ਕਰੋਨਾ ਵਾਇਰਸ ਨਾ ਦੀ ਕੋਈ ਬਿਮਾਰੀ ਨਹੀਂ ਹੈ ਤਾਂ ਸਿਰਫ ਭਰਮ ਹੈ ਜੇ ਭਰਮ ਹੈ ਤੇ ਨਾ ਧਾਰਮਿਕ ਪੁਰਸ਼ਾਂ ਨੇ ਆਪ ਟੀਕੇ ਕਿਉਂ ਲਵਾ ਲਏ ਮੈਨੂੰ ਯਾਦ ਹੈ ਮਹਾਰਾਸ਼ਟਰ ਚ ਇੱਕ ਬਾਬਾ ਹੁੰਦਾ ਸੀ ਹੁਣ ਉਹ ਹੈ ਨਹੀਂ ਦੁਨੀਆ ਤੇ ਉਹ ਕਹਿੰਦਾ ਹੁੰਦਾ ਸੀ ਮੈਂ ਫੂਕ ਮਾਰ ਕੇ ਲੋਕਾਂ ਨੂੰ ਰਾਜੀ ਕਰ ਦਿੰਨਾ ਫਿਰ ਉਹਨੂੰ ਪੁੱਛਿਆ ਸੀ ਇੰਨੀ ਕਮਾਈ ਲੋਕਾਂ ਦੀ ਸ਼ਰਦਾ ਜਿਹੜੇ ਜੇਬਾਂ ਤੋਂ ਕੱਟੀ ਜਾਂਦਾ ਕਹਿੰਦਾ ਮੈਂ ਉਹਨਾਂ ਦੇ ਨਾਲ ਹਸਪਤਾਲ ਬਣਾਉਣਾ ਜੇ ਤੂੰ ਲੋਕਾਂ ਨੂੰ ਠੀਕ ਕਰ ਦਿੰਦਾ ਫੂਕ ਮਾਰ ਕੇ ਹਸਪਤਾਲ ਬਣ ਕਦ ਲਈ ਬਣਾਉਣਾ ਮਾਰੀ ਜਾ ਫੂਕਾ ਥੱਕ ਜਾਵੇਂਗਾ ਪੰਪ ਰੱਖ ਲੈ ਮਾਰ ਫੂਕਾ ਲੋਕਾਂ ਨੂੰ ਠੀਕ ਕਰ ਦੇ ਫੂਕਾ ਮਾਰਨ ਦਾ ਡਰਾਮਾ ਸੀ ਅੱਜ ਜਿਹੜੇ ਧਾਰਮਿਕ ਪੁਰਸ਼ ਨੇ ਉਹ ਨਾਲ ਇਹ ਕਹਿੰਦੇ ਆ ਕਿ ਸਾਡੇ ਤਾਂ ਜੀ ادارے ਚੱਲਦੇ ਨੇ ਸਾਡੇ ਕੋਲ ਹਸਪਤਾਲ ਵੀ ਨੇ ਆਪ ਟੀਕੇ ਲਵਾ ਲੈਣੇ ਲੋਕਾਂ ਨੂੰ ਕਹਿੰਦੇ ਕਰੋਨਾ ਵਾਇਰਸ ਕੋਈ ਹੈਗਾ ਹੀ ਨਹੀਂ ਚੇਲੇ ਮਰਦੇ ਤੇ ਮਰ ਜਾਣ ਅਸੀਂ ਕੈਮਰੇ ਨੇ ਚਾਹੁੰਦੇ ਆ ਅੱਜ ਤੋਂ 35 ਸਾਲ ਪਹਿਲਾਂ ਮਾਝੇ 'ਚ ਇੱਕ ਕੇਸ ਹੋਇਆ ਸੀ ਜੀ ਉਥੋਂ ਦੇ ਲੋਕਾਂ 'ਚ ਮਸ਼ਹੂਰ ਹੈ ਹਲਕਾ ਕੁੱਤਾ ਵੱਢ ਜਾਵੇ ਪੀਰ ਤੂਰੀ ਦਾ ਟੁਕ ਲਿਆ ਕੇ ਖਵਾਉਂਦੇ ਆ ਇੱਕ ਸ਼ਰਾਰਤੀ ਜਿਹਾ ਬੰਦਾ ਸੀ ਉਹਦੇ ਘਰ ਕੁੱਤਾ ਆਇਆ ਉਹਦੇ ਮੁੰਡੇ ਨੇ ਵੀ ਵੱਜ ਗਿਆ ਵੱਢ ਗਿਆ ਉਹਦੀ ਮੱਝ ਨੂੰ ਵੀ ਮੱਝ ਨੂੰ ਕੱਲਾ ਪੀਰ ਤੂਰੀ ਦਾ ਟੁਕ ਖਵਾਇਆ ਮੁੰਡੇ ਨੂੰ ਪੀਰ ਤੂਰੀ ਦਾ ਟੁਕ ਵੀ ਖਵਾਇਆ ਡਾਕਟਰਾਂ ਤੋਂ ਐਂਟੀ ਰੈਬੀਸ ਦੇ ਟੀਕੇ ਵੀ ਲਵਾ ਲਏ ਕਿਉਂਕਿ ਪੁੱਤ ਜ਼ਰੂਰੀ ਸੀ ਤੇ ਮੱਝ ਨੂੰ ਪੇੜ ਢੋਲੀ ਦਾ ਟੁੱਕ ਖਵਾ ਕੇ ਅਗਲੀ ਮਸਿਆਤੇ ਜਿਹੜੇ ਪਸ਼ੂਆਂ ਦੀ ਮੰਡੀ ਲੱਗੀ ਸੀ ਕਿਸੇ ਦੇ ਪੱਲੇ ਪਾ ਆਇਆ ਵੇਚ ਕੇ ਆ ਗਿਆ ਸਸਤੇ ਭਾਅ ਵਿੱਚ ਆਇਆ ਜਿਹੜੇ ਧਾਰਮਿਕ ਪੁਰਸ਼ ਨੇ ਆਪ ਟੀਕਲ ਵਾਲਿੰਦੇ ਲੋਕਾਂ ਨੂੰ ਕਹਿੰਦੇ ਕੋਈ ਬਿਮਾਰੀ ਨਹੀਂ ਜੀ ਸਰਕਾਰਾਂ ਕਰਦੀਆਂ ਕੀ ਨੇ ਲੋਕਾਂ ਨੂੰ ਦੱਸਣਾ ਚਾਹੀਦਾ ਔਰ ਕਦਾਂ ਦੱਸਣਾ ਨਹੀਂ ਚਾਹੀਦਾ ਦੱਸਣਾ ਵੀ ਚਾਹੀਦਾ ਕਿ ਤੁਸੀਂ ਕੀ ਕੀਤਾ ਦਿੱਲੀ ਦੇ ਬਾਰੇ ਵਿੱਚ ਸੁਪਰੀਮ ਕੋਰਟ ਨੇ ਆਖਿਆ 700 ਮੀਟ੍ਰਿਕ ਟਨ ਗੈਸ ਦਿਓ ਹਾਈ ਕੋਰਟ ਵਿੱਚ ਸਰਕਾਰ ਨੇ ਜਾ ਕੇ ਮੰਨਿਆ ਕਿ 3 ਤਰੀਕ ਨੂੰ ਸਿਰਫ 300 ਮੀਟ੍ਰਿਕ ਟਨ ਜਿਹੜੀ ਗੈਸ ਸਪਲਾਈ ਹੋਈ ਹੈ ਅਗਲੇ ਦਿਨ 4 ਨੂੰ 585 ਨਹੀਂ ਸਪਲਾਈ ਹੋ ਰਹੀ ਹੋਰ ਨਾਲ ਰਾਜਾਂ ਵਿੱਚ ਵੀ ਇਹੋ ਹਾਲਤ ਹੈ ਫਿਰ ਸਰਕਾਰਾਂ ਕਦ ਲਈ ਚੁਣੀਆਂ ਸੀ ਆ ਜਿਹੜੇ ਅੰਕੜੇ ਤੁਸੀਂ ਦਿੰਨੇ ਹੋ ਕਿ ਸਾਡੇ ਇੱਥੇ ਕਰੋਨਾ ਵਾਇਰਸ ਦੇ ਇੰਨੇ ਕੇਸ ਨਵੇਂ ਮਿਲੇ ਨੇ ਤੁਹਾਡੇ ਅੰਕੜੇ ਭਰੋਸੇ ਦੇ ਯੋਗ ਨਹੀਂ ਗਏ ਉਹ ਇਸ ਕਰਕੇ ਕਿ ਜੇ ਸਾਰੇ ਲੋਕਾਂ ਦੀ ਤੁਸੀਂ ਟੈਸਟਿੰਗ ਨਹੀਂ ਕੀਤੀ ਤੁਹਾਨੂੰ ਕੀ ਪਤਾ ਕਿੰਨੇ ਲੋਕ ਕਰੋਨਾ ਵਾਇਰਸ ਰਪੇ ਤੁਹਾਡੇ ਮੌਤਾਂ ਦੇ ਅੰਕੜੇ ਕੱਚੇ ਨੇ ਪਿੰਡਾਂ ਵਿੱਚ ਜਾ ਕੇ ਪਤਾ ਕਰੋ ਇਹਦੇ ਨਾਲ 4 ਗੁਣਾ ਮੌਤਾਂ ਵੀ ਹੋ ਸਕਦੀ ਆ 5 ਗੁਣਾ ਵੀ 6 ਗੁਣਾ ਵੀ ਹੋ ਸਕਦੀਆਂ ਜਿਹੜੇ ਪਿੰਡ ਵਿੱਚ ਅੱਗੇ ਤਿੰਨਾਂ ਸਾਲਾਂ ਦੇ ਵਿੱਚ 20 ਬੰਦੇ ਮਰਦੇ ਸੀ ਹੁਣ ਜੇ ਤਿੰਨਾਂ ਮਹੀਨਿਆਂ ਵਿੱਚ 25 30 ਜਾਂ 40 ਮਰ ਗਏ ਆ ਉਹ ਮੌਤਾਂ ਕਾਦੇ ਨਾਲ ਹੋ ਰਹੀਆਂ ਨੇ ਨਹੀਂ ਤੁਹਾਨੂੰ ਪਿੰਡਾਂ ਦਾ ਪਤਾ ਤੇ ਮੇਰੇ ਕੋਲ ਆ ਜਿਓ ਮੈਂ ਦੱਸ ਦਿਆਂਗੇ ਕਿਹੜੇ ਕਿਹੜੇ ਪਿੰਡਾਂ 'ਚ ਹੋਈਆਂ ਆਪਣੇ ਥਾਣਿਆਂ ਦੇ ਵਿੱਚ ਜਿਹੜੇ ਪਏ ਮੌਤ ਦੇ ਤੇ ਜਨਮ ਦੇ ਰਜਿਸਟਰ ਨੇ ਚੈੱਕ ਤਾਂ ਕਰਵਾ ਪਿਛਲੇ ਤਿੰਨਾਂ ਚਾਰ ਮਹੀਨਿਆਂ 'ਚ ਪਿਛਲੇ 6 ਮਹੀਨਿਆਂ 'ਚ ਕਿਹੜੇ ਕਿਹੜੇ ਪਿੰਡ 'ਚ ਕਿੰਨੀਆਂ ਮੌਤਾਂ ਹੋਈਆਂ ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਕੀ ਹਾਲਤ ਕੀ ਬਣੀ ਪਈ ਆ ਤੁਸੀਂ ਕੱਖ ਨਹੀਂ ਕਰ ਰਹੇ ਸਰਕਾਰਾਂ ਇਸ ਕੰਮ ਵਾਸਤੇ ਨਹੀਂ ਬਣਦੀਆਂ ਕਿ ਤੁਸੀਂ ਉੱਥੇ ਬੈਠੇ ਰਾਜਨੀਤੀ ਸਿਰਫ ਘੋਟਦੇ ਰਹੋ ਸਰਕਾਰਾਂ ਇਸ ਕਰਕੇ ਨਹੀਂ ਬਣਦੀਆਂ ਕਿ ਲੋਕਤੰਤਰ ਦਾ ਮਤਲਬ ਗੱਦੀ ਤੇ ਬਹਿਣ ਦੀ ਰਾਜਨੀਤੀ ਜੇ ਬੈਠ ਕੇ ਤੇ ਟਿਕੇ ਰਹਿਣ ਦੀ ਰਾਜਨੀਤੀ ਹੋਰ ਤੁਹਾਡੇ ਜਮੇ ਜੁਮੇ ਕੋਈ ਕੰਮ ਹੀ ਨਹੀਂ ਪਹਿਲਾਂ ਤੁਸੀਂ ਗੱਦੀ ਤੇ ਆਉਣ ਲਈ ਲੜਦੇ ਹੋ ਫਿਰ ਜੇ ਗੱਦੀ ਮਿਲ ਜਾਂਦੀ ਹੈ ਤੇ ਅਗਲੇ 5 ਸਾਲਾਂ ਬਾਅਦ ਅਗਲੀ ਚੋਣ ਲਈ ਲੜਦੇ ਹੋ ਲੋਕਾਂ ਵਾਸਤੇ ਕਰਦੇ ਕੀ ਪੈਂ ਹਸਪਤਾਲ ਕਿਉਂ ਨਹੀਂ ਬਣਾਏ ਜਾ ਰਹੇ ਵੱਡੇ ਵੱਡੇ ਧਾਰਮਿਕ ਸਥਾਨਾਂ ਦੇ ਉੱਤੇ ਤੁਸੀਂ ਜ਼ੋਰ ਦੇ ਰਹੇ ਹੋ ਉਹ ਸਾਧੂ ਸੰਤ ਘਟ ਦੋ ਜ਼ੋਰ ਦੇ ਰਹੇ ਨੇ ਤੁਸੀਂ ਸਿਆਸੀ ਲੀਡਰ ਜ਼ੋਰ ਦੇ ਰਹੇ ਹੋ ਉਥੋਂ ਡੇਢ ਆਣੇ ਦਾ ਸਾਧ ਹੁੰਦਾ ਜਿਹਦੀ ਕੁਆਲੀਫਿਕੇਸ਼ਨ ਦੇ ਮੁਤਾਬਕ ਕੋ ਨੂੰ ਕਿਸੇ ਦਫਤਰ ਵਿੱਚ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਕਿਸੇ ਨੇ ਸੇਵਾਦਾਰ ਨਹੀਂ ਰੱਖਣਾ ਤੁਸੀਂ ਰਾਤੋਂ ਰਾਤ ਉਹਨੂੰ ਸੰਤ ਪੁਰਸ਼ ਮਹਾਪੁਰਸ਼ ਬਣਾ ਕੇ ਉਹਦੇ ਨਾਲ ਸ਼੍ਰੀ ਸ਼੍ਰੀ 1008 ਪਤਾ ਨਹੀਂ ਕਿੰਨੇ ਅੱਠ ਲਾ ਦਿੰਨੇ ਹੋ ਫਿਰ ਜਦੋਂ ਉਹ ਸੰਤ ਦੇ ਕੋਲ ਮੰਤਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਜਾ ਕੇ ਚਰਨਾਂ 'ਚ ਬੈਠਦੇ ਆ ਇੱਕ ਪੰਜਾਬੀ ਦਾ ਮੁਹਾਵਰਾ ਜਿੱਧਰ ਗਿਆ ਬਾਣੀਆਂ ਉਧਰ ਗਿਆ ਬਾਜ਼ਾਰ ਜਦੋਂ ਤੁਸੀਂ ਉੱਥੇ ਜਾ ਕੇ ਬੈਠਦੇ ਹੋ ਤੁਹਾਡੇ ਮਗਰ ਜਿਹੜੇ ਤੁਹਾਡੇ ਪਿਛਲੱਗ ਨੇ ਜਿੰਨਾ ਤੁਹਾਡੇ ਤੁਹਾਡੇ ਥੋੜੇ ਕੰਮ ਕਰਾਉਣੇ ਹੋ ਜਾ ਕੇ ਸਾਧ ਦੇ ਪੈਰ ਫੜਦੇ ਆ ਉੱਥੇ ਦੁੱਧ ਪੁੱਤ ਨਹੀਂ ਮੰਗਦੇ ਇਹ ਕਹਿੰਦੇ ਬਾਬਾ ਜੀ ਤੁਹਾਡੇ ਕੋਲ ਫਲਾਣਾ ਮੰਤਰੀ ਆਉਂਦਾ ਸੀ ਉਹਨੂੰ ਕਹਿ ਕੇ ਸਾਡਾ ਕੰਮ ਕਰਾ ਦਿਓ ਤੁਸੀਂ ਮੰਤਰੀਆਂ ਦੇ ਕਹਿਣ ਤੇ ਕੰਮ ਇਸ ਕਰਕੇ ਕਰਦੇ ਹੋ ਕਿਉਂਕਿ ਮੰਤਰੀਆਂ ਦੀ ਜੇਬ ਵਿੱਚ ਵੋਟਾਂ ਨੇ ਇਹ ਸਹਲਾਤ ਦੇ ਇਹਨਾਂ ਸਾਰੇ ਦਾ ਜ਼ਿੰਮੇਵਾਰ ਕੌਣ ਹੈ ਉਹ ਲੋਕਤੰਤਰ ਹੈ ਜਿਹੜੇ ਲੋਕਤੰਤਰ ਨੇ ਲੋਕਾਂ ਦੀ ਚਿੰਤਾ ਬਿਲਕੁਲ ਨਹੀਂ ਕੀਤੀ ਹੋਰ ਕਹਾਣੀਆਂ ਬਹੁਤ ਪਾਈਆਂ ਨੇ ਮੈਂ ਅਜ ਤੋਂ 35 40 45 ਸਾਲ ਪਹਿਲਾਂ ਮੈਨੂੰ ਯਾਦ ਨਹੀਂ ਕਰੋ ਇੱਕ ਨਾਟਕ ਦੇਖਿਆ ਸੀ ਉਸ ਨਾਟਕ ਦੇ ਵਿੱਚ ਇੰਟਰਵਿਊ ਦੇਣ ਗਏ ਮੁੰਡੇ ਨੂੰ ਇਹ ਪੁੱਛਿਆ ਜਾਂਦਾ ਤੇਰੇ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੈ ਜੀ ਉਹ ਕਹਿੰਦਾ ਮੈਨੂੰ ਨਹੀਂ ਪਤਾ ਕੌਣ ਉਹ ਕਹਿੰਦੇ ਇੰਟਰਵਿਊ ਦੇਣ ਆ ਗਿਆ ਤੈਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ਦਾ ਪਤਾ ਕੋਈ ਨਹੀਂ ਉਹ ਅਗੋ ਕਹਿੰਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਫੋਨ ਕਰਕੇ ਪੁੱਛੋ ਕੀ ਉਹਨੂੰ ਪਤਾ ਹੈ ਕਿ ਪੰਜਾਬ ਦੇ ਫਲਾਣੇ ਜ਼ਿਲ੍ਹੇ ਦੇ ਫਲਾਣੇ ਪਿੰਡ ਦੇ ਫਲਾਣੇ ਕਿਸਾਨ ਬੰਤਾ ਸਿੰਘ ਦਾ ਪੁੱਤਰ ਤੁਹਾਡੇ ਕੋਲ ਇੰਟਰਵਿਊ ਦੇਣ ਵਾਸਤੇ ਗਵੰਢੀਆਂ ਤੋਂ ਕਿਰਾਏ ਦੇ ਪੈਸੇ ਮੰਗ ਕੇ ਧਾਰ ਫੜ ਕੇ ਲਿਆਇਆ ਤੇ ਕੀ ਤੁਹਾਡੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਦਾ ਪਤਾ ਹੈ ਕਿ ਉਸ ਮੁੰਡੇ ਨੂੰ ਇੱਥੇ ਆ ਕੇ ਪਤਾ ਲੱਗਾ ਬੰਦਾ ਤੁਸੀਂ ਪਹਿਲਾਂ ਰੱਖਿਆ ਸੀ ਇੰਟਰਵਿਊ ਦਾ ਤੁਸੀਂ ਡਰਾਮਾ ਕਰਦੇ ਪਿਓ ਤੇ ਜੇ ਤੁਹਾਡੇ ਪ੍ਰਧਾਨ ਮੰਤਰੀ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਫਲਾਣੇ ਜ਼ਿਲ੍ਹੇ ਦੇ ਫਲਾਣੇ ਪਿੰਡ ਦੇ ਵਿੱਚ ਫਲਾਣੇ ਕਿਸਾਨ ਦਾ ਮੁੰਡਾ ਇੰਟਰਵਿਊ ਲਈ ਕਰਾਇਆ ਕਿਸੇ ਤੋਂ ਮੰਗ ਕੇ ਜਾਂਦਾ ਤੇ ਉੱਥੇ ਜਾ ਕੇ ਉਹਦਾ ਹਸ਼ਰ ਹੁੰਦਾ ਤੇ ਮੈਂ ਤੁਹਾਡੇ ਪ੍ਰਧਾਨ ਮੰਤਰੀ ਤੋਂ ਦਾਣੇ ਲੈਣੇ ਆ ਨਹੀਂ ਜਾਣਦਾ ਮੈਂ ਉਹਦਾ ਨਾਮ ਉਹ ਜਦੋਂ ਨਾਟਕ ਸੁਣਿਆ ਸੀ ਅਸੀਂ ਨਾਟਕ ਦੇ ਪਿੱਛੇ ਤਾੜੀਆਂ ਮਾਰੀਆਂ ਸੀ ਅੱਜ ਅਸੀਂ ਹਕੀਕਤ ਦੇ ਵੇਨੇ ਆਂ ਦੇਸ਼ ਦਾ ਪ੍ਰਧਾਨ ਮੰਤਰੀ ਔਰ ਲਗਭਗ ਲਗਭਗ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਤੇ ਮੰਤਰੀ ਇਸੇ ਲੈਕ ਨੇ ਕਿ ਦੇਸ਼ ਦੇ ਲੋਕ ਉਹਨਾਂ ਦਾ ਨਾਮ ਭੁੱਲ ਜਾਣ ਭੁੱਲ ਜਾਣ ਜਿਹੜੇ ਲੋਕਤੰਤਰ ਦੇ ਰਾਜੇ ਐਸ ਵੇਲੇ ਮਹਿਲਾਂ 'ਚ ਬੈਠੇ ਨੇ ਕੋਈ ਦਿੱਲੀ ਦੇ ਮਹਿਲਾਂ 'ਚ ਬੈਠਾ ਕੋਈ ਚੰਡੀਗੜ੍ਹ ਲਾ ਕੇ ਨਵਾਂ ਮਹਿਲ ਬਸਾ ਕੇ ਬੈਠਾ ਇਹ ਜਿੰਨੇ ਲੋਕ ਬੈਠੇ ਨੇ ਜਿਨ੍ਹਾਂ ਨੂੰ ਲੋਕਾਂ ਦਾ ਦਰਦ ਕੋਈ ਨਹੀਂ ਸਾਨੂੰ ਸਿਰਫ ਲੋਕਤੰਤਰ ਦਾ ਪਾਠ ਪੜਾਉਂਦੇ ਪਏ ਨੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਨਾ ਅਗਲੀ ਵਾਰੀ ਪਿੰਡਾਂ 'ਚ ਗਏ ਤੁਹਾਨੂੰ ਵੋਟਰ ਲਿਸਟਾਂ ਦੇ ਨਾਲ ਇੱਕ ਇੱਕ ਲਿਸਟ ਹੋਰ ਮਿਲੇਗੀ ਉਹ ਇਹਨਾਂ ਕਰੋਨਾ ਦੇ ਕਹਿਰ ਵਾਲੇ ਦਿਨਾਂ 'ਚ ਮਰ ਗਏ ਲੋਕਾਂ ਦੀ ਲਿਸਟ ਹੋਵੇਗੀ ਧਿਆਨ ਨਾਲ ਪੜਿਓ ਜੀ ਔਰ ਮਾਨਸਿਕ ਤੌਰ ਤੇ ਤਿਆਰ ਰੁਕ ਜਾਇਓ ਕਿ ਪਿੰਡਾਂ 'ਚ ਲੋਕਾਂ ਨੇ ਉੱਥੇ ਤੁਹਾਨੂੰ ਇਹ ਲਿਸਟਾਂ ਫੜਾਉਣੀਆਂ ਹਾਲਾਤ ਜਿਹੜੇ ਪਾਸੇ ਨੂੰ ਜਾ ਰਹੇ ਨੇ ਪੜਾ ਲਓ ਜਿਹਨੂੰ ਪਾਠ ਪੜਾਉਣਾ ਤੁਸੀਂ ਲੋਕਤੰਤਰ ਦਾ ਤੁਹਾਡੇ ਇਸ ਲੋਕਤੰਤਰ ਤੋਂ ਦੋ ਮੂੰਹ ਮੋੜਨ ਲੱਗ ਪੈਣ ਕੀ ਕਰੋਗੇ ਉਹਨਾਂ ਦਾ ਜਾਓ ਕਰ ਲੋ ਜੋ ਕਰਨਾ ਪਰਚਾ ਦੇ ਦਿਓ ਮੇਰੇ ਤੇ ਮੈਂ ਉਹ ਜੇ ਲੋਕਤੰਤਰ ਤੋਂ ਮੂੰਹ ਮੋੜਿਆ ਚੰਗਾ ਤਨਸੋਪਰ ਨੂੰ ਲੱਗਦਾ ਕਿ ਸਿਸਟਮ ਤੋਂ ਆਪਾਂ ਜਿਸ ਤਰ੍ਹਾਂ ਦੇ ਸਵਾਲ ਚੁੱਕ ਰਹੇ ਆ ਸਰਕਾਰਾਂ ਨੂੰ ਸਮਝਣ ਦੀ ਜ਼ਰੂਰਤ ਹੈ ਟੀਕਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਤਨਸੋਪਰ ਬੇਟਾ ਜ਼ਰੂਰੀ ਤੇ ਇਹ ਹੀ ਹੈ ਕਿ ਅੱਜ ਕੱਲ ਸਿਸਟਮ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਨੇ ਖਰਾਬ ਹੋਇਆ ਪਿਆ ਸਰਕਾਰਾਂ ਸਮਝ ਨਹੀਂ ਰਹੀਆਂ ਲੋਕਾਂ ਦੀ ਮੌਤ ਹੋ ਰਹੀ ਹੈ ਜਦਕਿ ਸੰਭਾਲਣ ਦੀ ਸਾਰਾ ਕੁਝ ਜ਼ਰੂਰਤ ਹੈ ਭਾਵਨਾਵਾਂ ਨੂੰ ਸੀ ਸਮਝ ਸਕਦੇ ਆ ਪਰ ਸਰਕਾਰਾਂ ਇਹ ਸਾਰੀਆਂ ਚੀਜ਼ਾਂ ਨਹੀਂ ਸਮਝ ਸਕਦੀਆਂ ਲੋਕਾਂ ਦਾ ਉਹਨਾਂ ਲਈ ਕੋਈ ਮੁੱਲ ਨਹੀਂਗਾ ਇਸ ਤਰ੍ਹਾਂ ਲੱਗਦਾ ਪਿਆ ਹੁਣ ਹਸਪਤਾਲਾਂ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਅਸੀਂ ਦੇਖਦੇ ਆ ਤੁਸੀਂ ਦੱਸਿਆ ਵੀ ਆ ਸਾਰਾ ਕੁਝ ਮੈਨੂੰ ਲੱਗਦਾ ਹੈ ਅੱਜ ਤੱਕ ਪਹਿਲੀ ਵਾਰ ਇਹ ਹੋਇਆ ਤੇ ਲੋਕਾਂ ਤੱਕ ਇਹ ਗੱਲ ਅੱਜ ਪਹੁੰਚਣੀ ਹੈ ਦੇਖਣਗੇ ਹਿਸਾਬ ਲਗਾਉਣਗੇ ਸਰਕਾਰਾਂ ਕਿਸ ਤਰ੍ਹਾਂ ਕਰਦੀਆਂ ਕੱਲ ਨੂੰ ਪਿੰਡਾਂ ਦੇ ਵਿੱਚ ਉਹਨਾਂ ਨੂੰ ਸਵਾਲ ਪੁੱਛੇ ਜਾਣਗੇ ਰਾਜਨੀਤੀ ਹੁੰਦੀ ਹੈ ਵੋਟਾਂ ਲੈਣ ਲਈ ਪਹੁੰਚ ਜਾਂਦੇ ਆ ਪਰ ਮੈਨੂੰ ਲੱਗਦਾ ਹੈ ਕਿ ਅੱਜ ਲੋਕਾਂ ਨੂੰ ਇੱਕ ਨਵਾਂ ਸੰਦੇਸ਼ ਤੁਸੀਂ ਦਿੱਤਾ ਹੈ